ਬਜਾਜ ਆਟੋ ਨੇ ਬਹੁਤ ਹੀ ਉਡੀਕੀ ਜਾ ਰਹੀ ਸੀਐਨਜੀ ਪਾਵਰਡ ਮੋਟਰਸਾਈਕਲ ਫਰੀਡਮ 125 ਨੂੰ ਪੇਸ਼ ਕਰਕੇ ਕੰਪਿਊਟਰ ਮੋਟਰਸਾਈਕਲ ਸੈਕਟਰ ਵਿੱਚ ਇੱਕ ਸ਼ਾਨਦਾਰ ਪ੍ਰਵੇਸ਼ ਕੀਤਾ ਹੈ। ਨਵੀਨਤਾਕਾਰੀ ਮਾਡਲ ਦੁਨੀਆ ਦੀ ਪਹਿਲੀ ਸੀਐਨਜੀ ਮੋਟਰਸਾਈਕਲ ਹੋਣ ਦਾ ਦਾਅਵਾ ਕਰਦੀ ਹੈ। ਬਾਈਕ ਗਾਹਕਾਂ ਨੂੰ ਉਹਨਾਂ ਦੀਆਂ ਤਰਜੀਹਾਂ ਦੇ ਅਨੁਕੂਲ 7 ਦੋਹਰੇ ਰੰਗਾਂ ਦੇ ਵਿਕਲਪਾਂ ਦੀ ਚੋਣ ਪ੍ਰਦਾਨ ਕਰਦੀ ਹੈ। ਬਾਈਕ ਦੇ ਮਾਡਲ 3 ਰੂਪਾਂ ਵਿੱਚ ਉਪਲਬਧ ਨੇ, ਡਿਸਕ LED, ਡ੍ਰਮ LED ਅਤੇ ਡ੍ਰਮ। ਬੇਸ ਮਾਡਲ ਦੀ ਕੀਮਤ 95,000 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਿਸ 'ਤੇ ਟਾਪ ਮਾਡਲ ਵੇਰੀਐਂਟ ਦੀ ਕੀਮਤ 1,10,000 ਰੁਪਏ ਤੱਕ ਹੋ ਸਕਦੀ ਹੈ। ਹਾਲਾਂਕਿ ਮਿਡ ਰੇਂਜ ਅਤੇ ਟਾਪ ਐਂਡ ਵੇਰੀਐਂਟ ਦੀ ਕੀਮਤ ਕ੍ਰਮ ਬਾਰੇ 1,05,000 ਰੁਪਏ ਤੋਂ ਲੈ ਕੇ 1,10,000 ਰੁਪਏ ਤੱਕ ਹੋ ਸਕਦੀ ਹੈ। ਬਜਾਜ ਫਰੀਡਮ 2 ਲੀਟਰ CNG ਸਿਲੰਡਰ ਅਤੇ 2 ਲੀਟਰ ਫਿਊਲ ਟੈਂਕ ਨਾਲ ਲੈਸ ਹੋਵੇਗਾ, ਜੋ ਸਿੰਗਲ ਟਾਪ ਅਪ ਅਤੇ 330 ਕਿਲੋਮੀਟਰ ਦੀ ਸ਼ਾਨਦਾਰ ਮਾਈਲੇਜ ਪ੍ਰਦਾਨ ਕਰਦਾ ਹੈ। ਇਹ ਦੱਸਿਆ ਗਿਆ ਹੈ ਕਿ ਇਹ ਨਵੀਨਤਮ ਪੇਸ਼ਕਸ਼ ਪ੍ਰਤੀ ਕਿਲੋਮੀਟਰ 1 ਰੁਪਏ ਦੀ ਸ਼ਾਨਦਾਰ ਯਾਤਰਾ ਲਾਗਤ ਦੀ ਪੇਸ਼ਕਸ਼ ਕਰਦੀ ਹੈ। ਮੋਟਰਸਾਈਕਲ ਇੱਕ ਸਧਾਰਨ ਸਵਿੱਚ ਦੀ ਵਰਤੋਂ ਨਾਲ ਪੈਟਰੋਲ ਅਤੇ CNG ਮੋਡਾਂ ਵਿੱਚ ਸਹਿਜੀ ਸਵਿੱਚ ਕਰ ਸਕਦਾ ਹੈ। ਖਾਸ ਤੌਰ 'ਤੇ ਇਸ ਵਿੱਚ ਦੋਵਾਂ ਇੰਧਨਾਂ ਲਈ ਇੱਕ ਸਾਂਝਾ ਫਿਲਰ ਕੈਂਪ ਹੈ, ਜੋ ਬਿਨਾਂ ਕਿਸੇ ਪਰੇਸ਼ਾਨੀ ਦੇ ਸੁਵਿਧਾਜਨਕ ਰਿਫਿਊਲਿੰਗ ਨੂੰ ਯਕੀਨੀ ਬਣਾਉਂਦਾ ਹੈ। ਕੰਪਨੀ ਮੁਤਾਬਕ ਇਹ ਬਾਈਕ 102 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ CNG ਦੇ ਸਫ਼ਰ ਕਰ ਸਕਦੀ ਹੈ। CNG 'ਤੇ ਕੰਮ ਕਰਦੇ ਹੋਏ ਇਹ ਰੋਜ਼ਾਨਾ ਦੇ ਖਰਚਿਆਂ ਨੂੰ 50% ਤੱਕ ਘਟਾਉਂਦੀ ਹੈ ਅਤੇ 125 CC ਪੈਟਰੋਲ ਮੋਟਰਸਾਈਕਲ ਦੇ ਮੁਕਾਬਲੇ 5 ਸਾਲਾਂ ਵਿੱਚ ਮਾਲਕਾਂ ਨੂੰ 75,000 ਰੁਪਏ ਤੱਕ ਦੇ ਬਾਲਣ ਦੇ ਖਰਚੇ ਵਿੱਚ ਸੰਭਾਵੀ ਤੌਰ 'ਤੇ ਬਚਾ ਸਕਦਾ ਹੈ। ਹਾਰਡਵੇਅਰ ਅਤੇ ਫੀਚਰਸ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਦੇ ਅੱਗੇ ਟੈਲੀਸਕੋਪਿੰਗ ਫੋਰਕਸ ਅਤੇ ਪਿਛਲੇ ਪਾਸੇ ਮੋਨੋਸ਼ੋਕ ਯੂਨਿਟ ਹੈ। ਟਾਪ ਐਂਡ ਵੇਰੀਐਂਟ ਵਿੱਚ ਕੁਸ਼ਲ ਬ੍ਰੇਕਿੰਗ ਪ੍ਰਦਰਸ਼ਨ ਲਈ ਅੱਗੇ ਇੱਕ ਡਿਸਕ ਬ੍ਰੇਕ ਅਤੇ ਪਿਛਲੇ ਪਾਸੇ ਇੱਕ ਡ੍ਰਮ ਬ੍ਰੇਕ ਹੈ। ਇਹ ਵਿਸਤ੍ਰਿਤ ਕਾਰਸ਼ੀਲਤਾ ਲਈ ਬਲੂਟੂਥ ਕਨੈਕਟੀਵਿਟੀ ਦੇ ਨਾਲ ਇੱਕ ਨੈਵੀਗੇਟਿਵ LCD ਇੰਸਟਰੂਮੈਂਟ ਕਲੱਸਟਰ ਦਾ ਵੀ ਮਾਣ ਕਰਦਾ ਹੈ। ਬਿਊਰੋ ਰਿਪੋਰਟ, ਚੜ੍ਹਦੀ ਕਲਾ ਟਾਈਮ TV।